ਹਾਂਜੀ ਕੀ ਹਾਲ ਜੀ ਸਾਰਿਆਂ ਦਾ। ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤਰੀਕ ਹੋ ਗਈ ਹੈ ਜੀ 21 ਮਹੀਨਾ ਦਸਵਾਂ 2023। ਸਫ਼ਰ ਆਪਣਾ ਚੱਲ ਰਿਹਾ ਅੱਜ ਤਾਂ ਆਪ ਜੀ ਨੂੰ ਪਤਾ ਹੀ ਹੈ ਜੀ, ਪਟਨਾ ਸਾਹਿਬ ਤੋਂ ਲੈ ਕੇ ਗੁਰੂ ਜੀ ਦੇ ਨਾਨਕਾ ਘਰ ਤੱਕ ਵਾਇਆ ਪੌਂਟਾ ਸਾਹਿਬ ਜਾਵਾਂਗੇ। ਅਤੇ ਅੱਜ ਦਾ ਸਫ਼ਰ ਆਪਣਾ ਹੋਊਗਾ ਸ਼ਾਹਜਹਾਨਪੁਰ ਤੋਂ ਰਾਮਪੁਰ ਤੱਕ। ਪਹਿਲਾਂ ਬਰੇਲੀ ਆਉਣਾ ਵੱਡਾ ਜ਼ਿਲ੍ਹਾ, ਫਿਰ ਪਹੁੰਚਾਂਗੇ ਰਾਮਪੁਰ। ਅਤੇ ਰਾਮਪੁਰ ਆਪਾਂ ਨੂੰ ਬਣਨਾ ਇੱਥੋਂ ਕਿਲੋਮੀਟਰ ਹੋ ਜਾਣੇ ਆ 157। ਬਾਕੀ ਦੇਖਦੇ ਹਾਂ ਜੇ ਤਾਂ ਟਾਈਮ ਨਾਲ ਸਫ਼ਰ ਨਿਕਲਦਾ ਹੋਇਆ ਫਿਰ ਅੱਗੇ ਵੀ ਕੱਢਾਂਗੇ, ਨਹੀਂ ਤਾਂ ਰਾਮਪੁਰ ਤੱਕ ਤਾਂ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਅੱਜ। ਬਾਕੀ ਆ ਜਾਓ, ਪਹਿਲਾਂ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਹਾਂ, ਨਾਲੇ ਦਰਸ਼ਨ ਕਰਦੇ ਹਾਂ, ਹੋ ਸਕਿਆ ਤਾਂ ਆਪ ਜੀ ਨੂੰ ਵੀ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਫਿਰ ਦਰਸ਼ਨ ਕਰਕੇ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਗੁਰੂ ਤੋਂ ਥਾਪੜਾ ਲੈ ਕੇ ਵੱਧਦੇ ਹਾਂ ਜੀ, ਫਿਰ ਸਫ਼ਰ ਵੱਲ ਭਜਾਉਂਦੇ ਹਾਂ ਫਿਰ ਘੋੜਾ ਯੂਪੀ ਦੀਆਂ ਸੜਕਾਂ 'ਤੇ। ਸਮਾਨ ਤੁਹਾਨੂੰ ਲੱਦ ਲਈਏ, ਥੋੜ੍ਹਾ ਟਾਈਮ ਲੱਗਣਾ ਹਾਲੇ, ਅਤੇ ਫਿਰ ਦਰਸ਼ਨ ਵੀ ਕਰਨੇ ਗੁਰੂ ਜੀ ਦੇ, ਅਤੇ ਫਿਰ ਮਿਲਦੇ ਹਾਂ ਰੋਡ 'ਤੇ। ਸੰਗਤ ਜੀ ਕਰੋ ਦਰਸ਼ਨ ਅੰਮ੍ਰਿਤ ਵੇਲੇ ਦੇ ਗੁਰੂ ਘਰ ਨਾਨਕ ਕੁਟੀਆ ਸ਼ਾਹਜਹਾਨਪੁਰ ਉੱਤਰ ਪ੍ਰਦੇਸ਼। ਸਤਨਾਮ ਸ਼੍ਰੀ ਵਾਹਿਗੁਰੂ। ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਸਭ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਬਖਸ਼ਣੀਆਂ ਮੇਰ ਪ੍ਰਿਆਤ ਰੱਖਣਾ ਸਭ ਕੁਛ। ਆਇਆ ਜੀ ਸਵੇਰੇ ਸਵੇਰੇ ਦਾ ਝਾਕਾ, ਸ਼ਹਿਰ ਸੁਖਜਾਨਪੁਰ ਉੱਤਰ ਪ੍ਰਦੇਸ਼ ਯੂਪੀ। ਅਤੇ ਅੱਜ ਤਾਂ ਲੋਕੇਸ਼ਨ ਨੇ ਵੀ ਸਿਰਾ ਹੀ ਕਰਤਾ, ਮਿੰਟ ਆਪਾਂ ਨੂੰ 5 ਨਹੀਂ ਹੋਏ ਹਾਲੇ ਘੋੜੇ 'ਤੇ ਚੜ੍ਹਿਆ ਨੂੰ, ਅਤੇ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਬਾਹਰ। ਅਤੇ ਕੱਲ੍ਹ ਆਪਾਂ 8-9 ਕਿਲੋਮੀਟਰ ਸ਼ਹਿਰ 'ਚ ਸਫ਼ਰ ਕੀਤਾ ਸੀਗਾ ਟ੍ਰੈਫਿਕ 'ਚ। ਸਵੇਰੇ ਸਵੇਰੇ ਤਾਂ ਸ਼ਹਿਰਾਂ 'ਚ ਟ੍ਰੈਫਿਕ ਤਾਂ ਨਹੀਂ ਹੁੰਦਾ, ਤਾਂ ਹੀ ਆਪਾਂ ਪਹਿਲਾਂ ਨਿਕਲ ਜਾਈਦਾ। ਅਤੇ ਇੱਥੋਂ ਰੋਡ ਹੈਗਾ ਆ ਹੁਣ 8-9 ਕਿਲੋਮੀਟਰ ਹਾਈਵੇ ਆ ਜਿਹੜਾ ਆਪਣਾ, ਟ੍ਰੇਨ ਵੀ ਪਾ ਰਹੀ ਆ ਪੂਰਾ ਰੌਲਾ ਆ ਜੀ ਆਲਾ ਦੁਆਲਾ। ਇਸ ਏਰੀਏ ਦੇ ਵਿੱਚ ਕਮਾਦ ਕਾਫੀ ਦੇਖਣ ਨੂੰ ਮਿਲਦਾ ਅਤੇ ਰੋਡ ਬੜਾ ਸ਼ੌਕੀਨ ਆ, ਆਲੇ ਦੁਆਲੇ ਦਰੱਖਤ ਹਰਿਆਲੀ ਹਰਿਆਲੀ, ਅਤੇ ਦਰੱਖਤਾਂ ਤੋਂ ਪਰੇ ਕਮਾਦੀ ਕਮਾਦੀ। ਕਮਾਦ ਖੇਤੀ ਕਾਫੀ ਆ, ਘੋੜਿਆ ਕਿੱਦਾਂ ਐਵੇਂ ਐਵੇਂ ਆ ਘੋੜਾ ਨੱਚਦਾ ਫਿਰਦਾ ਨੱਚਦਾ ਨੈਸ਼ਨਲ ਹਾਈਵੇ 30 'ਤੇ, ਨੈਸ਼ਨਲ ਹਾਈਵੇ 30 ਪੂਰਾ ਨੱਚਦਾ ਫਿਰਦਾ ਅੱਜ। ਲਓ ਜੀ ਸਮਾਂ ਹੋ ਗਿਆ 8:30 ਦਾ, ਇਹ ਹੁਣ ਤੁਹਾਨੂੰ ਪਤਾ ਹੀ ਆਪਣਾ ਚਾਹ ਦਾ ਟਾਈਮ ਹੋ ਗਿਆ ਜੀ, ਅਤੇ ਹੁਣ ਪੀਂਦੇ ਹਾਂ ਚਾਹ ਘੱਟ। ਅਤੇ ਸਫ਼ਰ ਆਪਾਂ 45 ਕਿਲੋਮੀਟਰ ਤੱਕ ਕੱਢ ਦਿੱਤਾ ਆ, 8:30 ਹੋ ਗਏ ਆ, ਅਤੇ ਪੀਂਦੇ ਹਾਂ ਚਾਹ ਅਤੇ ਫਿਰ ਭਜਾਉਂਦੇ ਹਾਂ ਘੋੜਾ ਨੈਸ਼ਨਲ ਹਾਈਵੇ 30 'ਤੇ ਜਿਹੜਾ ਸ਼ਾਹਜਹਾਨਪੁਰ ਤੋਂ ਬਰੇਲੀ ਨੂੰ ਜਾਂਦਾ ਰੋਡ। ਮਿਲਦੇ ਹਾਂ ਫਿਰ ਚਾਹ ਪੀਣ ਤੋਂ ਬਾਅਦ। ਚਾਹ ਪੀ ਕੇ ਤੁਰੇ ਸੀਗੇ, ਮੈਂ ਕਿਹਾ ਘੋੜਾ ਭਜਾਉਂਦੇ ਹਾਂ ਯੂਪੀ ਦੀਆਂ ਸੜਕਾਂ 'ਤੇ, ਅਤੇ ਬਾਈ ਹੁਣੀ ਪਿੱਛੋਂ ਆ ਕੇ ਰੋਕਿਆ
ਤੇ ਬਾਈ ਹੁਣਾਂ ਦਾ ਨਾਂ ਆ ਪ੍ਰਸ਼ਾਂਤ ਤੇ ਭੈਣ ਜੀ ਹੁਣੀ ਦੀਦੀ ਹੁਣਾਂ ਦਾ ਨਾਮ ਆ ਤਨਵੀ ਤੇ ਕਿੱਧਰ ਜਾ ਰਿਹਾ ਸੀ ਬਾਈ ਮੈਂ ਤਾਂ ਸਸੁਰਾਲ ਜਾ ਰਿਹਾ ਹਾਂ ਅੱਛਾ ਜਾਣੀ ਕਿ ਜੀ ਗਲ ਨੂੰ ਰੱਸਾ ਪੈਣ ਲੱਗਾ ਆ ਸਹੁਰੇ ਘਰ ਚੱਲੇ ਆ ਬਾਈ ਹੁਣੀ ਤੇ ਆਪਾਂ ਕਰਦੇ ਹਾਂ ਬਾਈ ਹੁਣਾਂ ਨਾਲ ਗੱਲ ਤੇ ਬਾਈ ਕਿੱਥੋਂ ਆ ਪਿੰਡ ਕਿਹੜਾ ਤੁਹਾਡਾ ਜਾਂ ਸ਼ਹਿਰ ਗਾਂਵ ਕੌਣ ਸਾ ਹੈ ਸ਼ਾਹਜਹਾਂਪੁਰ ਸ਼ਾਹਜਹਾਂਪੁਰ ਜਿੱਥੋਂ ਆਪਾਂ ਚੱਲੇ ਹਾਂ ਅੱਜ ਉੱਥੋਂ ਹੀ ਆ ਬਾਈ ਹੁਣੀ ਤੇ ਸਹੁਰਾ ਘਰ ਕਿੱਥੇ ਭੈਣ ਜੀ ਤੁਹਾਡਾ ਕਿਹੜਾ ਪਿੰਡ ਹੈ ਅੱਛਾ ਬਰੇਲੀ ਆਪਾਂ ਬਰੇਲੀ ਵੱਲ ਨੂੰ ਜਾ ਰਹੇ ਹਾਂ ਤੇ ਉੱਧਰ ਨੂੰ ਜਾ ਰਿਹਾ ਬਾਈ ਹੁਣੀ ਫੋਲੋ ਕਰਦਾ ਰਹਿਤਾ ਹਾਂ ਆਪ ਜੈਸੇ ਲੋਕ ਕੋ ਦੇਖਤਾ ਰਹਿਤਾ ਹਾਂ ਵੈਸੇ ਹਮਾਰਾ ਵੀ ਹੌਸਲਾ ਬੜਤਾ ਹੈ ਬਾਈ ਜੈਸੇ ਆਪ ਜੈਸੇ ਲੋਕ ਨਾ ਹਾਲ ਚਾਲ ਪੁੱਛਤੇ ਹੈ ਤੋ ਹਮਾਰਾ ਹੌਸਲਾ ਬੜ ਜਾਤਾ ਹੈ ਠੀਕ ਹੈ ਬਾਈ ਧੰਨਵਾਦ ਹੌਸਲਾ ਬੜਾਨੇ ਕੇ ਲੀਏ ਹੈ ਲਓ ਜੀ ਸ਼ਾਹਜਹਾਨਪੁਰ ਦੀ ਜ਼ਿਲ੍ਹੇ ਦੀ ਹੱਦ ਹੋ ਗਈ ਹੈ ਖਤਮ ਅਤੇ ਆਪਾਂ ਕਰੋਸ ਕਰਕੇ ਹਟੇ ਹਾਂ ਪਿੰਡ ਹਰੇਲਾ ਜ਼ਿਲ੍ਹਾ ਬਰੇਲੀ ਸੂਬਾ ਉੱਤਰ ਪ੍ਰਦੇਸ਼ ਜਾਣੀ ਕਿ ਹੁਣ ਆਪਾਂ ਜ਼ਿਲ੍ਹੇ ਬਰੇਲੀ ਸਫ਼ਰ ਕਰ ਰਹੇ ਹਾਂ ਸ਼ਾਹਜਹਾਨਪੁਰ ਜ਼ਿਲ੍ਹੇ ਦੀ ਹੱਦ ਆਪਾਂ ਟੱਪ ਗਏ ਬਰੇਲੀ ਦੇ ਜ਼ਿਲ੍ਹੇ ਦੀ ਹੱਦ ਵਿੱਚ ਐਂਟਰ ਹੋ ਗਏ ਹਾਂ ਵੱਧਦੇ ਹਾਂ ਸਫ਼ਰ ਵੱਲ ਟੋਲ ਪਲਾਜ਼ਾ ਫਰੀਦਪੁਰ ਜ਼ਿਲ੍ਹਾ ਬਰੇਲੀ ਉੱਤਰ ਪ੍ਰਦੇਸ਼ ਲਗਾ ਘੋੜਾ ਕਰਨ ਪਾਰ ਘੋੜਾ ਟੋਲ ਪਲਾਜ਼ੇ ਤੇ ਆ ਕੇ ਚਾਵਲ ਜਾਂਦਾ ਫਿਰ ਵੀ ਆਈ ਪੀ ਬਣ ਜਾਂਦਾ ਆ ਨਹੀਂ ਘੋੜਿਆ ਲੈ ਤਾ ਲਓ ਜੀ ਟੋਲ ਪਲਾਜ਼ਾ ਗਏ ਆਪਾਂ ਨੰਗ ਅਤੇ ਮਿਲਦੇ ਹਾਂ ਥੋੜ੍ਹਾ ਜਿਹਾ ਸਫ਼ਰ ਕੱਢ ਕੇ ਆ ਜਿੱਥੇ ਆਪਾਂ ਖੜ੍ਹੇ ਹਾਂ ਨਾ ਇੱਥੋਂ ਬਰੇਲੀ ਰਹਿ ਗਈ ਆ 9 ਕਿਲੋਮੀਟਰ ਅਤੇ ਇੱਥੋਂ ਰੋਡ 2 ਜਾਂਦੇ ਆ ਇੱਕ ਤਾਂ ਜਾਂਦਾ ਉਹ ਪਰਲੇ ਪਾਸੇ ਜਿੱਧਰ ਟਰੈਕਟਰ ਜਾ ਰਿਹਾ ਉਹ ਜਾਂਦਾ ਮੁਰਾਦਾਬਾਦ ਨੂੰ ਆਪਣੇ ਆਹ ਲੈਟ ਦੇ ਪਰਲੇ ਪਾਸੇ ਆ ਜਿੱਧਰ ਮੋਟਰਸਾਈਕਲ ਜਾ ਰਿਹਾ ਆ ਮੁਰਾਦਾਬਾਦ ਨੂੰ ਜਾਂਦਾ ਇਹ ਬਰੇਲੀ ਦੇ ਬਾਹਰ ਬਾਹਰ ਦੀ ਜਾਂਦਾ ਆ ਰਾਮਪੁਰ ਨੂੰ ਅਤੇ ਰਾਮਪੁਰ ਇੱਧਰ ਦੀ ਹਾਈਵੇ ਵੱਲ ਦੀ ਹੈਗਾ 87 ਕਿਲੋਮੀਟਰ ਅਤੇ ਇੱਕ ਜਾਂਦਾ ਆਹ ਰੋਡ ਇਹ ਜਾਂਦਾ ਬਰੇਲੀ ਸ਼ਹਿਰ ਦੇ ਵਿੱਚ ਦੀ ਇੱਥੋਂ ਆਪਾਂ ਜਾਣਕਾਰੀ ਲਈ ਗਏ ਤਾਂ ਥੋੜ੍ਹੀ ਜਿਹੀ ਕਹਿੰਦੇ ਵੀ ਸ਼ਹਿਰ ਦੇ ਵਿੱਚ ਦੀ ਜੇ ਜਾਊਂਗਾ ਤਾਂ 10 ਕਿਲੋਮੀਟਰ ਦਾ ਫਰਕ ਪੈ ਜਾਣਾ ਯਾਨੀ ਕਿ ਅੱਧਾ ਘੰਟਾ ਆਪਣਾ ਬਚ ਜਾਣਾ ਟਰਾਈ ਮਾਰਦੇ ਹਾਂ ਬਾਕੀ ਉਹ ਤਾਂ ਟ੍ਰੈਫਿਕ ਬਹੁਤ ਹੁੰਦਾ ਸ਼ਹਿਰਾਂ 'ਚ ਮੱਤ ਬਹੁਤ ਵੱਜਦੀ ਆ ਅੱਜ ਇੱਕ ਵਾਰੀ ਹੋਰ ਰਿਸਕ ਲੈ ਕੇ ਦੇਖਦੇ ਹਾਂ ਅਤੇ ਚੱਲਦੇ ਹਾਂ ਆਪਾਂ ਸ਼ਹਿਰ ਦੇ ਵਿੱਚ ਦੀ ਬਰੇਲੀ ਸ਼ਹਿਰ ਬਰੇਲੀ ਸ਼ਹਿਰ ਵੀ ਜਦੋਂ ਗਾਣਾ ਆਇਆ ਸੀਗਾ ਨਾ ਹਰਕ ਦੀ ਜ਼ਬਾਨ 'ਤੇ ਚੱਲਦਾ ਹੁੰਦਾ ਜੀ ਉਹ ਜੁਮਕਾ ਗੇਰਾ ਰੇ ਬਰੇਲੀ ਕੇ ਬਾਜ਼ਾਰ ਮੇ ਜੁਮਕਾ ਗੇਰਾ ਰੇ ਆਪਾਂ ਖੜ੍ਹੇ ਹਾਂ ਜੀ ਸ਼ਹਿਰ ਬਰੇਲੀ ਦੇ ਰੇਲਵੇ ਸਟੇਸ਼ਨ ਦੇ ਬਾਹਰ ਅਤੇ ਲੋਕੇਸ਼ਨ ਲਾਈ ਸੀਗੀ ਮੈਂ ਚੱਲ ਬੰਦ ਕਰਕੇ ਥੋੜ੍ਹੀ ਜਿਹੀ ਬਣਾ ਲੈਂਦੇ ਹਾਂ ਵੀਡੀਓ ਪਰ ਸ਼ਹਿਰ ਕੋਈ ਇੰਨਾ ਖਾਸ ਨਹੀਂ ਲੱਗਾ ਪਰ ਰੇਲਵੇ ਸਟੇਸ਼ਨ ਬਹੁਤ ਸੋਹਣਾ ਆ ਆਹ ਰੇਲਵੇ ਸਟੇਸ਼ਨ ਆ ਰੌਣਕ ਮੇਲਾ ਹੈਗਾ ਆ ਪੂਰਾ ਅਤੇ ਟ੍ਰੈਫਿਕ ਬਹੁਤ ਆ ਆਹ ਟ੍ਰੈਫਿਕ ਤੁਹਾਨੂੰ ਦੀਦਾ ਹੀ ਆ ਡਰਾਈਵਰ ਤਾਂ ਰੱਜ ਕੇ ਆ ਯਾਤਰੀ ਖੜ੍ਹੇ ਆ ਅਤੇ ਆਪਣੇ ਡਰਾਈਵਰ ਦੇਖ ਲਓ ਕਿੰਨਾ ਆ ਇਹਦੇ ਕਰਕੇ ਹੁਣ ਲੋਕੇਸ਼ਨ ਲਾਉਣ ਲੱਗੇ ਹਾਂ ਵੀਡੀਓ ਬਾਹਰ ਜਾ ਕੇ ਬਣਾਵਾਂਗੇ ਇਹ ਸ਼ਹਿਰ ਦੇ ਵਿੱਚ ਇੱਕ ਹੋਰ ਪ੍ਰੋਬਲਮ ਅਤੇ ਕ੍ਰਾਈਮ ਬਹੁਤ ਆ ਸਿੰਥੈਟਿਕ ਡਰੱਗ ਦਾ ਤਾਂ ਬਾਹਲਾ ਹੀ ਆ ਇੱਥੇ ਕਾਰੋਬਾਰ ਜ਼ੋਰਾਂ 'ਤੇ ਇਹ ਤਾਂ ਆਪਣੇ ਜਿਹੜੇ ਕਰਦੇ ਆ ਉਹਨਾਂ ਨੂੰ ਪਤਾ ਹੀ ਆ ਆਪਾਂ ਨਾਰੀਅਲ ਵਾਲਾ ਬੰਦਾ ਦਿਸ ਪਿਆ ਸੀ ਅਤੇ ਮੈਂ ਕਿਹਾ ਬੁਖਾਰ ਜਿਹਾ ਨਾਲੇ ਸੈੱਟ ਹੋ ਜੂ ਸੈੱਲ ਜਿਹਾ ਨਾਰੀਅਲ ਪਾਣੀ ਪੀਂਦੇ ਆ ਆਹ ਬਾਈ ਤੋਂ ਲਿਆ ਨਾਰੀਅਲ ਆਹ ਹੈਗੀ ਆ ਨਾਰੀਅਲ ਦਾ ਹੀ ਇਹਦੀ ਸ਼ੋਪ ਬਾਕੀ ਪੁੱਛਿਆ ਮਲਾਈ ਮੈਂ ਕਿਹਾ ਨਿਕਲਣੀ ਚਾਹੀਦੀ ਆ ਵਿੱਚੋਂ ਆ ਜਾਓ ਹੁਣ ਪੀਂਦੇ ਹਾਂ ਨਾਰੀਅਲ ਪਾਣੀ
ਨਾਰਿਆ ਪਾਣੀ ਪੀ ਲਿਆ ਤੇ ਆਪਾਂ ਕਿਹਾ ਹੁਣ ਮਲਾਈ ਕੱਢ ਇਹਚੋਂ। ਇਹ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਮਲਾਈ ਵਾਲਾ ਤੇ ਇੱਕ ਬਿਨਾਂ ਮਲਾਈ ਤੋਂ। ਹੁਣ ਮਲਾਈ ਕੱਢ ਦਿੰਦਾ ਤੇ ਫਿਰ ਆਪਾਂ ਖਾਂਦੇ ਹਾਂ। ਆਹ ਬਾਈ ਨੇ ਕੱਢ ਦਿੱਤਾ ਜੁਗਾੜ ਤੇ ਹੁਣ ਇਹਨੂੰ ਆਪਾਂ ਖਾਂਦੇ ਹਾਂ। ਫਿਰ ਐਨਰਜੀ ਹੋਣੀ ਡਾਊਨਲੋਡ ਤੇ ਸੈੱਲਾਂ ਦਾ ਹੋਜੂਗਾ ਕਾਰੋਬਾਰ ਪੂਰਾ। ਸ਼ਹਿਰ ਬਰੇਲੀ ਦਾ ਝਾਕਾ ਵਾਕਾ ਪੂਰਾ, ਭੀੜ ਭੜਕਾ ਸ਼ਹਿਰ ਦੇ ਵਿੱਚ ਜੀ। ਉੱਤਰ ਪ੍ਰਦੇਸ਼ ਦਾ ਸ਼ਹਿਰ ਬਰੇਲੀ, ਜਿਹੜਾ ਕਹਿੰਦੇ ਜੁਮਕਾ ਗੇਰਾ ਰੇ ਬਰੇਲੀ ਕੇ ਬਾਜ਼ਾਰ ਮੇ ਆਇਆ ਜੀ ਬਰੇਲੀ। ਪੱਥਾਂ ਨੇ ਖਾਧੇ ਉਹ ਕੰਨ ਤੇ ਹਾਈਵੇ ਦੇ ਟਰਾਲੇ ਪਾਉਂਦੇ ਪੂਰਾ ਪਟਾਕਾ। ਸ਼ਹਿਰ ਬਰੇਲੀ ਹੌਰਨ ਮਾਰੀ ਜਾਂਦੇ ਆ ਵਾਹ ਇੱਕ ਦੂਜੇ ਨੂੰ। ਇਹਨਾਂ ਦਾ ਵੀ ਵੱਖਰਾ ਹੀ ਟੌਰ ਆ ਇੱਧਰ। ਨਿਕਲਦੇ ਆ ਸ਼ਹਿਰ ਤੋਂ ਬਾਹਰ। ਉੜਿਆ ਕਿੱਦਾਂ ਦਾ ਲੱਗਾ ਬਰੇਲੀ ਸ਼ਹਿਰ? ਹੋਏ ਬਹੁਤ ਯਾਰ ਭੀੜ ਭੜਕਾ ਹੈਗਾ ਬਰੇਲੀ ਸ਼ਹਿਰ 'ਚ। ਮਸੀਂ ਬਾਹਰ ਨਿਕਲੇ ਹਾਂ ਹੁਣ, ਨੈਸ਼ਨਲ ਹਾਈਵੇ 'ਤੇ ਦੁਬਾਰਾ ਚੜ੍ਹੇ ਹਾਂ ਅਤੇ ਘੋੜਾ ਭੱਜੂਗਾ ਹੁਣ ਨੈਸ਼ਨਲ ਹਾਈਵੇ 530 'ਤੇ। ਇਹ ਹੈ ਜੀ ਨੈਸ਼ਨਲ ਹਾਈਵੇ 530। ਜੀ ਬਰੇਲੀ ਸ਼ਹਿਰ ਲੰਘ ਕੇ ਆਪਾਂ ਨੂੰ ਢਾਬਾ ਦੱਸ ਪਿਆ ਜੀ, ਇੱਕ ਰੋਡ 'ਤੇ ਆ ਗਿਆ ਢਾਬਾ ਅਤੇ ਢਾਬੇ ਆ ਦੇਖ ਕੇ ਆਪਾਂ ਲਈਆਂ ਘੱਟ ਬਰੇਕਾਂ। ਰੋਟੀ ਦਾ ਹੋ ਗਿਆ ਜੀ ਆਪਣਾ ਟਾਈਮ, ਮੈਂ ਕਿਹਾ ਪਹਿਲਾਂ ਰੋਟੀ ਖਾਂਦੇ ਹਾਂ ਅਤੇ ਰੋਟੀ ਖਾ ਕੇ ਫਿਰ ਨਿਕਲਦੇ ਹਾਂ ਸਫ਼ਰ ਵੱਲ। ਸਫ਼ਰ ਆਪਣਾ ਰਹਿ ਗਿਆ ਇੱਥੋਂ 47 ਕਿਲੋਮੀਟਰ ਦਾ ਅਤੇ ਆ ਜਾਓ ਪਹਿਲਾਂ ਰੋਟੀ ਖਾਂਦੇ ਹਾਂ। ਲਓ ਜੀ ਰੋਟੀ ਗਈ ਆਪਣੀ ਆ, ਪਿਆਜ ਪਨੀਰ ਅਤੇ ਰੋਟੀ ਖਾ ਕੇ ਐਨਰਜੀ ਕਰੀਏ ਡਾਊਨਲੋਡ ਅਤੇ ਫਿਰ ਵੱਧਦੇ ਹਾਂ ਸਫ਼ਰ ਵੱਲ। ਰੋਟੀ ਪਾਣੀ ਖਾ ਕੇ ਐਨਰਜੀ ਡਾਊਨਲੋਡ ਕਰਕੇ ਘੋੜਾ ਮੁੜ ਕੇ ਭਜਾ ਲਿਆ ਆਪਾਂ ਹਾਈਵੇ 530 ਦੇ ਅਤੇ ਆ ਭਾਖੜਾ ਨਦੀ ਦਾ ਪੁਲ, ਭਾਖੜਾ ਨਦੀ ਇੱਧਰ ਲੈ ਕਰਦੇ ਆ। ਆਹ ਬਾਖੜਾ ਨਦੀ ਦਾ ਪੁਲ ਆਪਾਂ ਕਰੋਸ ਕਰ ਰਹੇ ਹਾਂ ਅਤੇ ਵੱਧ ਰਹੇ ਹਾਂ ਰਾਮਪੁਰ ਵੱਲ ਨੂੰ। ਕੁੜਿਆ ਕਿੱਦਾਂ ਲਹਿਰਾਂ ਪੈ ਰਹਾਂ ਆ? ਹੁਣ ਤਾਂ ਗਲਾ ਜ਼ਿਆਦਾ ਖਰਾਬ ਹੋਣ ਲੱਗ ਪਿਆ ਕੁੜਿਆ। ਆਇਆ ਜੀ ਸ਼ਹਿਰ ਮਿਲਕ, ਮਿਲਕ ਅਤੇ ਇੱਥੋਂ ਸਫ਼ਰ ਆਪਣਾ ਰਹਿ ਗਿਆ 24 ਕੁ ਕਿਲੋਮੀਟਰ ਦਾ ਅਤੇ ਮਿਲਕ ਸ਼ਹਿਰ ਆ, ਦੁੱਧ ਆ ਦੁੱਧ। ਅਤੇ ਇਹ ਆਪਾਂ ਬਾਈਪਾਸ ਹੀ ਲੰਘ ਜਾਣਾ, ਬਾਹਰ ਬਾਹਰ ਦੀ ਸ਼ਹਿਰ ਦੇ ਵਿੱਚ ਦੀ ਨਹੀਂ ਆਪਾਂ ਹੋਏ, ਕਿਉਂਕਿ ਸ਼ਹਿਰ ਦੇ ਵਿੱਚ ਦੀ ਫਿਰ ਕਈ ਵਾਰੀ ਰਸ਼ ਬਹੁਤ ਟੱਕਰ ਜਾਂਦਾ, ਫਿਰ ਔਖਾ ਬਹੁਤ ਲੱਗਦਾ, ਸਰੀਰ ਨਹੀਂ ਥੱਕਦਾ ਦਿਮਾਗ ਥੱਕ ਜਾਂਦਾ। ਮਿਲਕ ਸ਼ਹਿਰ ਦਾ ਬਾਈਪਾਸ ਤੋਂ ਲੰਘਦੇ ਹੋਏ ਝਾਕਾ। ਮਿਲਦੇ ਹਾਂ ਅੱਗੇ। ਟਾਈਮ ਹੋ ਗਿਆ ਸੀ ਆਪਣਾ ਦੁੱਧ ਪੀਣ ਦਾ, ਇਸ ਕਰਕੇ ਰੁਕ ਗਏ ਸੀ ਆਪਾਂ ਢਾਬੇ 'ਤੇ। ਹੁਣ ਮਸਾਲਾ ਆਪਾਂ ਪਾ ਲਿਆ ਆ ਗਲਾਸ 'ਚ ਅਤੇ ਐਨਰਜੀ ਡਾਊਨਲੋਡ ਕਰਕੇ ਫਿਰ ਵੱਧਦੇ ਹਾਂ ਸਫ਼ਰ ਵੱਲ। ਸਫ਼ਰ ਆਪਣਾ ਹੁਣ 20 ਕਿਲੋਮੀਟਰ ਦਾ। ਲਓ ਜੀ ਦੁੱਧ ਪੀ ਕੇ ਚੱਲੇ ਸੀ ਇਸ ਰੋਡ 'ਤੇ ਇੱਧਰਲੇ ਪਾਸਿਓ ਅਤੇ ਸਫ਼ਰ ਦਾ ਬੜਾਂਗਾ ਕਰਦੇ ਕਰਦੇ ਇੱਧਰ ਨੂੰ ਵੱਧ ਰਹੇ ਹਾਂ। ਇੱਦਾਂ ਕਹਿ ਦੇਵੇ ਹੈ ਨਾ ਜੋ ਗੱਲ ਨਾ ਹੋਵੇ ਕੋਈ, ਗੱਲ ਐਨੀ ਕੋਈ ਉੱਦਾਂ ਮੈਂ ਕਿਹਾ ਜਦ ਸਾਹ ਲੈਣ ਲਈ ਰੁਕੇ ਸੀ
ਇਦਾਂ ਬਣਾ ਲੈਂਦੇ ਹਾਂ ਵੀਡੀਓ। ਅਤੇ ਸਫ਼ਰ ਰਹਿ ਗਿਆ ਆਪਣਾ ਸਾਰਾ 10 ਕਿਲੋਮੀਟਰ ਦਾ, ਇਸ ਕਰਕੇ ਹੁਣ ਚਾਅ ਜਿਹਾ ਚੜਿਆ ਵੀ ਲਾਗੇ ਪਹੁੰਚ ਰਹੇ ਹਾਂ। ਲਓ ਜੀ, ਅੱਜ ਆਪਾਂ ਚੱਲੇ ਸੀ ਸ਼ਾਹਜਹਾਨਪੁਰ ਤੋਂ, ਸ਼ਾਹਜਹਾਨਪੁਰ ਤੋਂ ਚੱਲ ਕੇ ਆਪਾਂ ਜ਼ਿਲ੍ਹਾ ਆ ਸ਼ਾਹਜਹਾਨਪੁਰ ਯੂਪੀ 'ਚ, ਅਤੇ ਉਹਦੀ ਹੱਦ ਟੱਪ ਕੇ ਬੜੇ ਸੀ ਆਪਾਂ ਜ਼ਿਲ੍ਹਾ ਬਰੇਲੀ 'ਚ। ਬਰੇਲੀ ਜ਼ਿਲ੍ਹੇ ਦੀ ਫਿਰ ਹੱਦ ਟੱਪ ਕੇ ਵੜ ਗਏ ਆਪਾਂ ਹੁਣ ਜ਼ਿਲ੍ਹਾ ਰਾਮਪੁਰ 'ਚ। ਇਹ ਕਸਬੇ ਨੂੰ ਪੈਂਦਾ ਜ਼ਿਲ੍ਹਾ ਰਾਮਪੁਰ। ਜ਼ਿਲ੍ਹੇ ਟੱਪਦਾ ਫਿਰਦਾ ਰੌਣਕੀ ਵਾਲਾ, ਸਟੇਟਾਂ ਵੀ ਟੱਪ ਗਿਆ ਵਾਹਿਗੁਰੂ ਦੀ ਮਿਹਰ ਸਦਕਾ। ਆਏ ਓਏ ਰੱਬਾ ਮਾਲਕਾ, ਸਿਰਾ ਹੀ ਲਾ ਤਾ ਮਾਲਕਾ ਦਾ ਸਿਰਾ ਹੀ, ਨਜ਼ਾਰੇ ਬਣਦੇ ਨਜ਼ਾਰੇ। ਹਾਂਜੀ ਜੀ, ਆਪਾਂ ਪਹੁੰਚ ਗਏ ਹਾਂ ਜੀ ਸ਼ਹਿਰ ਰਾਮਪੁਰ, ਸੂਬਾ ਤੁਹਾਨੂੰ ਪਤਾ ਹੀ ਆ ਉੱਤਰ ਪ੍ਰਦੇਸ਼, ਅਤੇ ਹੋਟਲ ਆ ਜੀ ਇਹ ਪੈਰਾਡਾਈਜ਼। ਅਤੇ ਗੁਰੂ ਘਰ ਗਏ ਸੀ ਆਪਾਂ ਪਹਿਲਾਂ, ਉੱਥੇ ਆਪਣੀ ਨਹੀਂ ਬਣੀ ਗੱਲ, ਅਤੇ ਸੇਵਾਦਾਰਾਂ ਨਾਲ ਥੋੜ੍ਹੀ ਜਿਹੀ ਸੈੱਟ ਨਹੀਂ ਬੈਠੀ ਜਾਣੀ ਗੱਲਬਾਤ, ਰਾਤ ਰਹਿਣ ਦਾ ਸਿਸਟਮ ਬਣਿਆ ਨਗਾ ਆਪਣਾ, ਅਤੇ ਆਪਾਂ ਉੱਦਾਂ ਗੁਰੂ ਘਰ ਹਾਜ਼ਰੀ ਲਵਾਇਆ ਸੀਗੇ, ਅਤੇ ਹਾਜ਼ਰੀ ਲਵਾ ਕੇ ਫਿਰ ਆਪਾਂ ਹੋਟਲ ਨੈੱਟ 'ਤੇ ਸਰਚ ਕੀਤਾ, ਅਤੇ ਆਪਾਂ ਨੂੰ 400 ਮੀਟਰ ਦੀ ਦੂਰੀ 'ਤੇ ਮਿਲ ਗਿਆ, ਅਤੇ ਆਪਾਂ ਫਿਰ ਇੱਧਰ ਨੂੰ ਆ ਗਏ, ਅਤੇ ਪੈਰਾਡਾਈਜ਼ ਵਾਲੇ ਨਾਲ ਆਪਾਂ ਫੋਨ 'ਤੇ ਗੱਲ ਕਰ ਲਈ ਸੀਗੀ, ਅਤੇ ਗੱਲ ਕਰਕੇ ਫਿਰ ਇੱਥੇ ਪਹੁੰਚ ਗਏ, ਅਤੇ ਠੀਕ ਆ ਬੰਦੇ ਵੀ ਵਧੀਆ। ਬਾਕੀ ਸਫ਼ਰ ਦੇ ਵਿੱਚ ਥੋੜ੍ਹੇ ਬਹੁਤ ਇੱਦਾਂ ਹੁੰਦੀ ਰਹਿੰਦੀ ਆ, ਅਤੇ ਬਾਕੀ ਆਪਾਂ ਜ਼ਿਆਦਾ ਸਫ਼ਰ ਕਰ ਰਹੇ ਹਾਂ, ਆਪਾਂ ਕਦੇ ਵੀ ਰੈਂਟ 'ਤੇ ਨਹੀਂ ਰਹੇ ਸਕੇ, ਅੱਜ ਪਹਿਲਾ ਦਿਨ ਹੈ ਆਪਣਾ ਰੈਂਟ 'ਤੇ। ਅਤੇ ਚਲੋ ਠੀਕ ਹੈ ਜੀ, ਨਹਾ ਧੋ ਲਿਆ ਆਪਾਂ, ਅਤੇ ਚਾਹ ਵੀ ਲਈ ਆ ਕਰੀ ਹੋਰ, ਗਲਾ ਜ਼ਿਆਦਾ ਖਰਾਬ ਹੋ ਗਿਆ, ਵਾਹਿਗੁਰੂ ਕਾਲ ਪੁਰਖ ਮਿਹਰ ਕਰੇ ਇੱਦੂ ਵੱਧ ਨਾ ਹੋਵੇ, ਨਹੀਂ ਤਾਂ ਫਿਰ ਵੀਡੀਓ 'ਚ ਬੋਲ ਵੀ ਨਹੀਂ ਹੋਣਾ। ਠੀਕ ਹੈ ਜੀ, ਰੋਟੀ ਪਾਣੀ ਖਾਂਦੇ ਹਾਂ ਅਤੇ ਕਰਦੇ ਹਾਂ ਰੈਸਟ ਫਿਰ ਨਾ। ਸਫ਼ਰ ਦੌਰਾਨ ਬਹੁਤ ਕੁਛ ਸਿੱਖਣ ਨੂੰ ਮਿਲਦਾ ਬੰਦੇ ਨੂੰ, ਬਹੁਤ ਕੁਛ ਸਿੱਖ ਰਹੇ ਹਾਂ। ਅਤੇ ਵੀਡੀਓ ਅੱਜ ਦੀ ਕਿੱਦਾਂ ਲੱਗੀ ਮੇਰੇ ਭੈਣ ਭਰਾ ਮਤਾਮਾ ਬਜ਼ੁਰਗ, ਜ਼ਰੂਰ ਕਮੈਂਟਾਂ 'ਚ ਦੱਸਿਓ, ਅਤੇ ਜੇ ਚੰਗੀ ਲੱਗੀ ਤਾਂ ਵੀ ਕਮੈਂਟ ਜ਼ਰੂਰ ਕਰਿਓ, ਮਾੜੀ ਲੱਗੀ ਤਾਂ ਵੀ ਕਮੈਂਟ ਜ਼ਰੂਰ ਕਰਿਓ, ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਿਹੜਾ ਦੱਬ ਕੇ ਕਰ ਦਿਓ। ਅਤੇ ਜਿਹਨੇ ਮੇਰੇ ਵੀਰਾਂ ਨੇ ਭੈਣਾਂ ਨੇ ਮਾਤਾਵਾਂ ਬਜ਼ੁਰਗਾਂ ਨੇ ਹਾਲੇ ਸਬਸਕ੍ਰਾਈਬ ਨਹੀਂ ਕੀਤਾ ਚੈਨਲ, ਵੀਡੀਓ ਦੇਖ ਰਹੇ ਆ ਉਹਨਾਂ ਨੂੰ ਬੇਨਤੀ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅਤੇ ਅੱਜ ਰੈਸਟ ਕਰਦੇ ਹਾਂ, ਟਾਈਮ ਨਾਲ ਸੌਂਦੇ ਹਾਂ, ਅਤੇ ਸਵੇਰ ਨੂੰ ਆਪਾਂ ਨੂੰ ਟਾਈਮ ਨਾਲ ਚੱਲਣਾ ਪੈਣਾ, ਅੱਜ ਵੀ ਲੇਟ ਚੱਲੇ ਸੀ ਥੋੜ੍ਹਾ ਜਿਹਾ, 6:30 ਹੋ ਗਿਆ ਸੀ, ਸਵੇਰ ਨੂੰ ਜਿਹੜਾ ਟਾਈਮ ਨਾਲ ਨਿਕਲਾਂਗੇ ਇੱਥੋਂ, ਅਤੇ ਸਵੇਰ ਨੂੰ ਸਫ਼ਰ ਆਪਣਾ ਥੋੜ੍ਹਾ ਜਿਹਾ ਕੈੜਾ ਆ, ਲੰਬਾ ਆ, ਪਹਿਲਾ ਹੀ ਸਫ਼ਰ ਇਹ, ਜਦ ਆਪਾਂ ਸਫ਼ਰ ਕਰ ਰਹੇ ਮੇਰੇ ਹਿਸਾਬ ਨਾਲ ਸਫ਼ਰ ਇਹ ਲੰਬਾ ਹੋਣਾ ਆ ਜਿਹੜਾ ਆਪਾਂ ਨੂੰ ਕੱਢਣਾ ਪੈਣਾ, ਬਾਕੀ ਦੇਖਾਂਗੇ ਕਿੱਥੇ ਤੱਕ ਨਿਕਲਦਾ, ਅਤੇ ਸਫ਼ਰ ਦੀ ਜਾਣਕਾਰੀ ਦੇਵਾਂਗੇ ਸਵੇਰ ਨੂੰ। ਠੀਕ ਹੈ ਜੀ, ਸਾਰੇ ਭੈਣ ਭਰਾਵਾਂ ਨੂੰ ਮਾਤਾਵਾਂ ਬਜ਼ੁਰਗਾਂ ਨੂੰ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਸਵੇਰ ਨੂੰ।